ਸਤਿਗੁਰ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦੇ ਹਾਂ ਤੁਹਾਡਾ ਸਾਰਿਆਂ ਦਾ ਹਾਲ ਚਾਲ ਬਹੁਤ ਵਧੀਆ ਹੋਊਗਾ ਜੀ ਸੌਣ ਦੇ ਤੁਸੀਂ ਕਲੂਜ਼ਿੰਗ ਦੇ ਨਾਲ ਇਟਾਲੀਅਨ ਖਬਰੋਂ ਪੰਜਾਬੀ ਦੇ ਵਿੱਚ ਅੱਜ ਦੀਆਂ ਖਬਰਾਂ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਇਟਲੀ ਦੇ ਕੇਸਾਂ ਦੀ ਤਾਂ ਕਰ ਨਹੀਂ ਆ ਪਰ ਗੱਲ ਅਸੀਂ ਕਰਾਂਗੇ ਜੇਕਰ ਕਿਸੇ ਨੇ ਲੋਨ ਚੱਕਣਾ ਹੋਵੇ ਉਹਦੇ ਬਾਰੇ ਵੀ ਗੱਲ ਕੀਤੀ ਜਾਊਗੀ ਪਰ ਪਹਿਲਾਂ ਇਟਲੀ ਦੀ ਸਿਚੁਏਸ਼ਨ ਦੇਖਦੇ ਹਾਂ ਅੱਜ ਇਟਲੀ ਦੇ ਵਿੱਚ 4830 ਨਵੇਂ ਕੇਸ 73 ਬੰਦਿਆਂ ਦੀ ਹੋਈ ਮੌਤ 8606 ਮਰੀਜ਼ ਹੋਇਆ ਠੀਕ 118487 ਟੋਟਲ ਪੋਜ਼ਿਟਿਵ ਨੇ 317666 ਦੇ ਟੈਸਟ ਕੀਤੇ ਗਏ 1.52 ਜਿਹੜਾ ਚੱਲ ਰਿਹਾ ਸੀ ਅਜੇ ਦੀ ਤਾਸੂ ਦੀ ਪੋਜ਼ਿਟਿਵਿਟੀ ਚੱਲ ਰਹੀ ਸੀ ਹੁਣ ਚੱਲਦੇ ਆ ਜੀ ਖਾਸ ਅਪਡੇਟ ਵੱਲ ਸਭ ਤੋਂ ਪਹਿਲਾ ਜੋ ਅਪਡੇਟ ਹੈ ਜੀ ਅਸੀਂ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਦੱਸਿਆ ਕਿ ਇੰਡੀਆ ਦੇ ਵਿੱਚ ਜਿਹੜਾ ਫੈਮਿਲੀ ਰਿਯੂਨਿਅਨ ਵੀਜ਼ਾ ਆਪਣੇ ਇੱਕ ਵੀਰ ਨੇ ਜੋ ਕਿ ਹਰਿਆਣਾ ਤੋਂ ਬਿਲੋਂਗ ਕਰਦੇ ਨੇ ਪੇਵੇ ਸ਼ਹਿਰ ਤੋਂ ਉਹਨਾਂ ਨੇ ਦਿੱਲੀ ਦੇ ਵਿੱਚ ਆਪਣਾ ਜਾ ਕੇ ਆਪਣਾ ਜਮਾ ਕਰਾਇਆ ਪੜ੍ਹਦੇ ਕਿ ਸੁਣਨ ਦੇ ਵਿੱਚ ਗੱਲ ਇਹ ਵੀ ਆ ਰਹੀ ਹੈ ਕਿ ਸੋਮਵਾਰ ਤੋਂ ਸ਼ਾਇਦ ਸਾਰਿਆਂ ਨੂੰ ਪਤਾ ਲੱਗ ਜਾਣਾ ਪਬਲਿਕਲੀ ਤੇ ਪੰਜਾਬ ਤੋਂ ਸਾਨੂੰ ਕੋਈ ਵੀ ਬੰਦਾ ਹੁਣ ਤੱਕ ਨਹੀਂ ਮਿਲਿਆ ਜਿਸ ਦੇ ਪੇਪਰ ਜਮ੍ਹਾਂ ਹੋਏ ਹੋਣ ਤੇ ਗੱਲ ਕਰਦੇ ਆਂ ਜੀ ਜਿਨ੍ਹਾਂ ਦੇ 9 ਮਹੀਨੇ ਦੇ ਪੇਪਰ ਆ ਉਹਨਾਂ ਦੇ ਲਈ ਘੱਟ ਤੋਂ ਘੱਟ ਜੀ 25 ਅਕਤੂਬਰ ਤੋਂ ਪਹਿਲਾਂ ਕੁਝ ਵੀ ਕਹਿਣਾ ਮੁਸ਼ਕਲ ਹੈ ਟੂਰਿਸਟ ਵੀਜ਼ਾ 9 ਮਹੀਨੇ ਵਾਲਾ ਵੀਜ਼ਾ ਜਾਂ ਫਿਰ ਹੋਰ ਜਿਹੜਾ ਵਰਕ ਵੀਜ਼ਾ 25 ਅਕਤੂਬਰ ਤੋਂ ਬਾਅਦ ਹੀ ਜੇਕਰ ਚੇਂਜ ਹੁੰਦੇ ਐ ਇਟਲੀ ਦੇ ਵਿੱਚ ਕਾਨੂੰਨ ਫਿਰ ਵੀ ਉਹ ਅਪਲਾਈ ਉਹਨਾਂ ਦਾ ਹੋਣਾ ਆ ਨਹੀਂ ਤੇ ਨਹੀਂ ਹੋਣਾ ਤੇ ਜਿਹੜੀ ਗੱਲ ਰੀਐਂਟਰੀ ਵੀਜ਼ੇ ਦੀ ਕਰਦੇ ਆ ਰੀਐਂਟਰੀ ਵੀਜ਼ੇ ਦੇ ਲਈ ਕੋਈ ਚੱਕਰ ਨਹੀਂ ਜੀ ਲੋਕੀ ਜਿਹੜੇ ਰੀਐਂਟਰੀ ਵੀਜ਼ਾ ਅਪਲਾਈ ਕਰ ਰਹੇ ਆ ਜਿਨ੍ਹਾਂ ਬੰਦਿਆਂ ਦੀ ਸਜੋੜਨੋਂ ਐਕਸਪਾਇਰ ਹੋਈਆਂ ਉਹਨਾਂ ਦੇ ਕੋਲ ਰੀਸੀਬੂ ਤੇ ਕੋਲ ਆ ਉਹਨਾਂ ਨੂੰ ਡਰਨ ਦੀ ਲੋੜ ਨਹੀਂ ਰੀਐਂਟਰੀ ਵੀਜ਼ਾ ਲੈਣ ਦੀ ਲੋੜ ਨਹੀਂ ਜਿਨ੍ਹਾਂ ਦੇ ਕੋਲ ਕਾਰਤਾ ਦੀ ਸਜੋੜਨੋਂ ਭਾ ਮਹੀਨ੍ਹੇ ਸਾਲ ਤੋਂ ਉੱਤੇ ਹੋ ਗਿਆ ਰੀਐਂਟਰੀ ਵੀਜ਼ਾ ਲੈਣ ਦੀ ਲੋੜ ਨਹੀਂ ਪੈਣੀ ਕਿਉਂਕਿ ਇਸ ਟਾਈਮ ਤੁਸੀਂ ਜਾਣ ਬੁੱਝ ਕੇ ਨਹੀਂ ਰੁਕੇ ਤੁਹਾਡਾ ਐਮਰਜੈਂਸੀ ਸੀ ਜਿਸ ਕਾਰਨ ਤੁਸੀਂ ਰੁਕੇ ਪਰ ਸਲਾਹ ਇਹੀ ਆ ਵੀ ਜਿਹੜੀ ਪਹਿਲੀ ਤੁਹਾਨੂੰ ਮਿਲੇ ਪਹਿਲੀ ਜਿਹੜੀ ਫਲਾਈਟ ਮਿਲਦੀ ਹੈ ਉਹੀ ਫਲਾਈਟ ਲੈ ਕੇ ਤੁਸੀਂ ਇਟਲੀ ਨੂੰ ਰਵਾਨਾ ਹੋ ਜਾਓ ਅਗਲੇ ਅਪਡੇਟ ਵੱਲ ਚਲਦੇ ਹਰ ਇੱਕ ਬੰਦੇ ਦਾ ਸੁਪਨਾ ਹੈ ਕਿ ਇਟਲੀ ਦੇ ਵਿੱਚ ਕਿਰਾਏ ਦਾ ਘਰ ਲੈਣ ਦੇ ਨਾਲ ਉਹ ਸੀ ਆਪਣਾ ਕਰ ਲਈਏ ਕਿਰਾਏ ਦੇ ਘਰ ਦੇ ਵਿੱਚ ਤੁਸੀਂ 10 ਸਾਲ ਰਹਿੰਨੇ ਆ ਤੇ ਮਹੀਨੇ ਦੀ ਤੁਹਾਡੀ ਜੇ 300 ਰੁਪਏ ਤੁਹਾਡਾ ਕਿਰਾਇਆ ਤਾਂ ਸਾਲ ਦਾ ਤੁਹਾਡਾ ਤਕਰੀਬਨ 3500 ਬਣ ਜਿੰਦਾ 12 36 3600 ਰੁਪਏ ਇੱਕ ਸਾਲ ਦਾ ਤੁਹਾਡਾ ਕਿਰਾਏ ਦਾ ਖੂਦ ਦੇ ਵਿੱਚ ਡਿੱਗਦਾ ਜੇ ਉਸੇ ਹੀ ਘਰ ਦੇ ਵਿੱਚ ਤੁਸੀਂ 10 ਸਾਲ ਰਹਿੰਨੇ ਆ ਤਾਂ ਤਕਰੀਬਨ 36000 ਐਰੋ ਤੁਸੀਂ ਇਦਾਂ ਹੀ ਗੋਦ ਲੈਣੇ ਪਰ ਇਹਦੇ ਵਿੱਚ ਜੇਕਰ ਤੁਸੀਂ ਆਪਣਾ ਘਰ ਖਰੀਦਿਆ ਹੋਵੇ ਤਾਂ ਉਸ 36000 ਦੇ ਵਿੱਚ ਹੌਲੀ-ਹੌਲੀ ਤੁਹਾਡਾ ਘਰ ਆਪਣੇ ਇੱਕ ਗਹਿਣਾ ਬਣਦਾ ਹੁਣ ਜੇਕਰ ਅਸੀਂ ਮੂਹ ਤੋ ਦੀ ਗੱਲ ਕਰਦੇ ਜੇਕਰ ਅਸੀਂ ਪ੍ਰੈਸਤੀ ਦੀ ਗੱਲ ਕਰਦੇ ਇਹਦੇ ਇਹ ਨਾ ਗੱਲਾਂ ਦੇ ਬਾਰੇ ਆਪਣੇ ਜਿਹੜੇ ਇੰਡੀਅਨ ਵੀਰ ਆਪਾਂ ਨੂੰ ਬਹੁਤ ਘੱਟ ਪਤਾ ਮੈਨੂੰ ਵੀ ਬਹੁਤ ਘੱਟ ਪਤਾ ਪਰ ਸਾਨੂੰ ਬਹੁਤ ਘੱਟ ਪਤਾ ਸਾਨੂੰ ਚਾਹੀਦਾ ਜੀ ਕਿ ਇਹਨਾਂ ਬਾਰੇ ਵੀ ਅਸੀਂ ਇਨਫੋਰਮੇਸ਼ਨ ਕਲੈਕਟ ਕਰੀਏ ਇਹਨਾਂ ਬਾਰੇ ਵੀ ਆਪਾਂ ਤੁਹਾਨੂੰ ਗੱਲਬਾਤ ਕਰੀਏ ਜਿੱਦਾਂ ਕਿ ਹੁਣ ਅਸਟੇਮ ਚੱਲ ਰਿਹਾ ਜੀ ਮੂਤੋ 40 ਸਾਲ ਤੋਂ ਜਿਨ੍ਹਾਂ ਦੀ ਉਮਰ ਘੱਟ ਵਾ ਉਹਨਾਂ ਦੇ ਲਈ ਮੂਤੋ ਜੋਵਨੀ ਕਹਿ ਸਕਦੇ ਹਾਂ ਅਸੀਂ ਜੋ ਵੀ ਅਸੀਂ ਨੂੰ ਕਹਿਣਾ ਚਾਹਦੇ ਪ੍ਰੀਮਾ ਕਾਸਾ ਜੋਵਨੀ ਵੀ ਕਿਹਾ ਜਾ ਸਕਦਾ ਇਹਦੇ ਲਈ ਜੇਕਰ ਮੀਆਂ ਬੀਬੀ ਦੇ ਵਿੱਚੋਂ ਇੱਕ ਦੀ ਉਮਰ ਘੱਟ ਹੋਵੇ 40 ਸਾਲ ਤੋਂ ਤਾਂ ਉਹਨਾਂ ਨੂੰ ਸਰਕਾਰ ਵੱਲੋਂ ਲੋਨ ਮਿਲਦਾ ਹੁਣ ਜਿਹੜੇ ਇਹ ਮੂਤੋ ਹੁੰਦੇ ਆ ਜਾਂ ਲੋਨ ਹੁੰਦੇ ਆ ਮਿਲਦੇ ਨਾਰਮਲੀ 80% ਤੱਕ ਮਿਲਦੇ ਆ ਪਰ ਅਸੀਂ ਐਸ ਟਾਈਮ ਕਿਸੇ ਇੱਕ ਐਸੀ ਏ ਏਜੰਸੀ ਨਾਲ ਕਿਸੇ ਨਾ ਕੰਟੈਕਟ ਕਰਨ ਜਾ ਰਹੇ ਆ ਜੀ ਜੋ ਕੇ ਤੁਹਾਨੂੰ 100% ਤੱਕ ਲੋਨ ਦਵਾਉਗੀ ਇਹਨਾਂ ਵਿੱਚ ਉਹਦਾ ਕੀ ਫਾਇਦਾ ਤੁਹਾਡੇ ਕੋਲ ਕੋਈ ਕਮਿਸ਼ਨ ਨਹੀਂ ਲਿਆ ਜਾਣਾ ਜੇਕਰ ਕਿਸੇ ਦਾ ਪ੍ਰਾਤਿਕਾ ਖਰਾਬ ਹੋਵੇ ਤਾਂ ਉਹ ਸਿਚੁਏਸ਼ਨ ਦੇ ਵਿੱਚ ਹੈ ਪਰ ਜੋ ਵੀ ਹੈ ਬੈਂਕ ਅਤੇ ਤੁਹਾਡੇ ਵਿੱਚ ਗੱਲਬਾਤ ਹੋਊਗੀ ਤੁਸੀਂ ਇਟਲੀ ਦੇ ਜਿਹੜੇ ਮਰਜ਼ੀ ਕੋਨੇ ਦੇ ਵਿੱਚ ਰਹਿੰਦੇ ਚਾਹੇ ਨਾਪਲੀ ਦੇ ਵਿੱਚ ਰਹਿੰਦੇ ਚਾਹੇ ਮਿਲਾਨ ਦੇ ਵਿੱਚ ਰਹਿੰਦੇ ਆਪਣੇ ਨੇੜੇ ਤੇੜੇ ਜਿਹੜੀ ਤੁਹਾਡੇ ਸਭ ਤੋਂ ਨੇੜੇ ਬੈਂਕ ਬਣਦੀ ਹੈ ਜੀ ਉਹਦੇ ਵਿੱਚ ਜਾ ਕੇ ਤੁਹਾਡਾ ਪ੍ਰਾਤਿਕਾ ਆਟੋਮੈਟਿਕਲ ਗੱਲਬਾਤ ਕੀਤੀ ਜਾਣੀ ਹੈ ਜੀ ਤੇ ਕਮਿਸ਼ਨ ਨਹੀਂ ਹੈਗਾ ਬਾਕੀ ਮਾੜੀ-ਮੋਟੀ ਜਿਹੜੀ ਫੀਸ ਹੁੰਦੀ ਹੈ ਉਹ ਹੋ ਸਕਦੀ ਆ ਹਾਂਜੀ ਇੱਕ ਗੱਲ ਹੋਰ ਜੀ ਤੇ ਇਹਦੇ ਨਾਲ ਜੇਕਰ ਤੁਹਾਡੀਆਂ ਜਿਹੜੀਆਂ ਗੱਡੀਆਂ ਦੀ ਇੰਸ਼ੋਰੈਂਸਾਂ ਬਾਰੇ ਸੀ ਬਹੁਤ ਸਿਰ ਪਹਿਲਾਂ ਸਾਡੇ ਨਾਲ ਗੱਲ ਕੀਤੀ ਸੀ ਜੇਕਰ ਇੰਸ਼ੋਰੈਂਸ ਕੋਈ ਬੰਦਾ 500 700 ਰੁਪਏ ਦੇ ਰਿਹਾ ਤਾਂ ਤੁਹਾਨੂੰ ਅਸੀਂ ਗਾਰੰਟੀ ਨਾ ਕਹਿ ਸਕਦੇ ਆ ਕਿ ਤੁਹਾਡੀ ਜਿੰਨੀ ਇੰਸ਼ੋਰੈਂਸ ਐਸ ਟਾਈਮ ਚੱਲ ਰਹੀ ਆ ਤਾਂ ਉਸ ਤੋਂ ਸਸਤੀ ਇੰਸ਼ੋਰੈਂਸ ਅਸੀਂ ਕਰਕੇ ਦੇ ਸਕਦੇ ਆ ਐਸ ਟਾਈਮ ਇਹ ਆਪਾਂ ਕੰਮ ਸ਼ੁਰੂ ਨਹੀਂ ਕੀਤਾ ਪਰ ਬਹੁਤ ਜਲਦੀ ਜਿਹੜਾ ਕੰਮ ਵੀ ਸ਼ੁਰੂ ਕਰਨ ਜਾ ਰਹੇ ਹਾਂ ਪਰ ਜੇਕਰ ਕਿਸੇ ਨੂੰ ਲੋਨ ਦੀ ਜ਼ਰੂਰਤ ਆ 100% ਲੋਨ ਦੀ ਜ਼ਰੂਰਤ ਆ ਤਾਂ ਉਹ ਕੰਮ ਕਰ ਰਿਆ ਉਹਦੇ ਕੋਲ ਗਾਰੰਟਰ ਹੈਗਾ ਤਾਂ ਉਹਨੂੰ ਲੋਨ ਮਿਲ ਜਾਣਾ ਪਹਿਲਾਂ ਅਸੀਂ ਕਾਫੀ ਬੰਦਿਆਂ ਦੇ ਨਾਲ ਗੱਲਬਾਤ ਕੀਤੀ ਹੁਣ ਪ੍ਰੋਪਰ ਇੱਕ ਏਜੰਸੀ ਆ ਜੋ ਕਿ ਮੂਤੂ ਉਹ ਹੀ ਦਵਾਦੀ ਆ ਘਰਾਂ ਦੇ ਲਈ ਜਿਹੜਾ ਹੁੰਦਾ ਮੂਤੂ ਉਹ ਪ੍ਰਾਇਸਥਿਤੋ ਇਸ ਕਰਕੇ ਜੇਕਰ ਕੋਈ ਵੀ ਬੰਦਾ ਇੰਟਰਸਟਿਡ ਹੋਵੇ ਲੋਨ ਚੱਕਣ ਦੇ ਵਿੱਚ ਇਟਲੀ ਦੇ ਵਿੱਚ ਫਾਈਨਾਂਸਿਅਮੈਂਟੋ ਦੇ ਵਿੱਚ ਪ੍ਰਾਇਸਥਿਤੋ ਤੇ ਵਿੱਚ ਤਾਂ ਸਾਨੂੰ ਕਮੈਂਟ ਕਰਿਓ ਤਾਂ ਫਿਰ ਬਾਅਦ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿਸ ਹਿਸਾਬ ਦੇ ਨਾਲ ਤੁਹਾਡੇ ਨਾਲ ਕੰਟੈਕਟ ਕੀਤਾ ਜਾ ਸਕਦਾ ਜੀ ਵਾਧੇਆਂ ਜੀ ਖਬਰਾਂ ਵੱਲ ਜਿਹੜਾ ਗ੍ਰੀਨ ਪਾਸ ਆ ਜੀ ਬਣ ਗਿਆ ਜੀ ਇਹ ਕਾਨੂੰਨ ਬਣ ਚੁੱਕਾ ਗ੍ਰੀਨ ਪਾਸ ਕਾਨੂੰਨ ਬਣ ਚੁੱਕਾ ਜੀ ਹੁਣ ਰੈਸਟੋਰੈਂਟਾਂ ਦੇ ਵਿੱਚ ਥੀਏਟਰਾਂ ਦੇ ਵਿੱਚ ਸਰਕਸਾਂ ਦੇ ਵਿੱਚ ਨਿਲਾਮੀ ਘਰਾਂ ਦੇ ਵਿੱਚ সুইমিਂਗ ਪੂਲਾਂ ਦੇ ਵਿੱਚ ਜਿੰਮਾਂ ਦੇ ਵਿੱਚ ਸਾਰੇ ਪਾਸੇ ਬਣ ਗਿਆ ਜੀ ਕਾਨੂੰਨ ਗ੍ਰੀਨ ਪਾਸ ਦੀ ਲੋੜ ਆ ਜਿਹੜੇ ਵਿੱਚ ਕੰਮ ਕਰ ਰਹੇ ਉਹਨਾਂ ਨੂੰ ਵੀ ਗ੍ਰੀਨ ਪਾਸ ਦੀ ਲੋੜ ਆ। ਪਾਰਲੀਮੈਂਟ ਦੇ ਵਿੱਚ ਅੱਜ 199 ਵੋਟਾਂ ਦੇ ਨਾਲ ਇਹ ਕਾਨੂੰਨ ਪਾਸ ਹੋ ਗਿਆ। ਜਿਨ੍ਹਾਂ ਦੇ ਵਿੱਚ 32 ਬੰਦਿਆਂ ਨੇ ਇਨਕਾਰ ਕੀਤਾ ਤੇ ਦੋ ਬੰਦਿਆਂ ਨੇ ਵੋਟ ਨਹੀਂ ਪਾਈ ਪਰ ਗੱਲ ਕੀ ਹੈ ਜੀ 51% ਤਾਂ ਹੋਣਾ ਚਾਹੀਦਾ ਜੀ 199 ਬੰਦਿਆਂ ਨੇ ਵੋਟਾਂ ਵਾਗ ਕੇ ਇਸ ਕਾਨੂੰਨ ਨੂੰ ਪਾਸ ਕਰ ਦਿੱਤਾ ਜੀ। ਹੁਣ ਜਿਸ ਤਰ੍ਹਾਂ ਕਿ ਸਾਨੂੰ ਪਤਾ ਲੱਗਾ ਕਿ ਕਾਨੂੰਨ ਪਾਸ ਹੋ ਗਿਆ ਇਸ ਕਰਕੇ ਹੌਲੀ-ਹੌਲੀ ਇਹਨਾਂ ਨੇ ਪ੍ਰੋਬਬਲੀ ਤੋ ਪ੍ਰਾਈਵੇਟ ਸੈਕਟਰਾਂ ਦੇ ਵਿੱਚ ਵੀ ਆਣਾ ਪਰ ਮੱਤਿਓ ਸਲਵਿਨੀ ਜੀ ਕਹਿ ਰਹੇ ਨੇ ਕਿ ਇੱਕ ਕਿਸਮ ਨਾਲ ਤੁਸੀਂ ਤੱਕ ਕਸਾਈ ਕਰ ਰਹੇ ਹੋ ਕਿਉਂਕਿ ਪ੍ਰਾਈਵੇਟ ਸੈਕਟਰ ਦੇ ਵਿੱਚ ਆਣ ਦਾ ਫਾਇਦਾ ਨਹੀਂ ਜੇ ਜੇਕਰ ਕਹਿੰਦੇ ਤੁਸੀਂ ਪਬਲਿਕ ਦੇ ਨਾਲ ਇੰਟਰੈਕਟ ਹੀ ਨਹੀਂ ਕਰ ਰਹੇ ਇੱਕ ਬੰਦਾ ਜਿਹੜਾ ਬੈਂਕ ਦਾ ਡਾਇਰੈਕਟਰ ਐਗਜ਼ਾਮਪਲ ਰੱਖ ਕੇ ਚੱਲੀਏ ਉਹ ਕਦੇ ਕਿਸੇ ਬੰਦੇ ਨੂੰ ਨਹੀਂ ਮਿਲਦਾ ਜ਼ਿਆਦਾਤਰ ਤਾਂ ਉਹਨੂੰ ਫਿਰ ਕਿਉਂ ਗ੍ਰੀਨ ਪਾਸ ਦੀ ਲੋੜ ਆ ਜਾਂ ਫਿਰ ਇੱਕ ਬੰਦਾ ਜੋ ਕਿ ਸਿਰਫ ਇੰਸ਼ੋਰੈਂਸ ਦਾ ਕੰਮ ਕਰ ਰਿਹਾ ਆਨਲਾਈਨ ਕਰ ਰਿਹਾ ਤਾਂ ਉਹ ਫਿਰ ਕਿਉਂ ਵੈਕਸੀਨ ਜਾਂ ਗ੍ਰੀਨ ਪਾਸ ਲਵਾਊਗਾ ਇਹ ਥੋੜੀ ਜੀ ਗੱਲ ਹੈ ਇਸ ਟਾਈਮ ਚੱਲ ਰਹੀ ਹੈ ਜੀ ਐਸੇ ਮਿਡਲੀ ਦੇ ਵਿੱਚ ਇੱਕ ਹੋਰ ਪ੍ਰੋਬਲਮ ਚੱਲ ਰਹੀ ਹੋਇਆ ਜੀ ਕਿ ਕੁਝ ਲੇਡੀਜ਼ ਦੇ ਨਾਲ ਇਦਾਂ ਦੀ ਗੱਲਬਾਤ ਹੋਈ ਆ ਕਿ ਉਹ ਪ੍ਰੈਗਨੈਂਟ ਸਨ ਤੇ ਉਹਨਾਂ ਨੂੰ ਵੈਕਸੀਨ ਜਰ ਲਵਾਣ ਗਏ ਤੇ ਉਹਨਾਂ ਦੇ ਵੈਕਸੀਨ ਨਹੀਂ ਲੱਗੀ। ਰੋਮਾ ਦੇ ਵਿੱਚ ਹੋਇਆ ਵੈਨੇਸੀਆ ਦੇ ਵਿੱਚ ਹੋਇਆ ਤਕਰੀਬਨ ਪਿਛਲੇ 7 ਤਰੀਕ ਨੂੰ ਇਹ ਕੰਮ ਹੋਇਆ ਜੀ। ਡਾਕਟਰਾਂ ਨੇ ਕਿਹਾ ਜੀ ਪਹਿਲਾਂ ਆਪਣਾ ਪਹਿਲਾਂ ਤੁਸੀਂ ਆਪਣਾ ਲੈ ਕੇ ਆਓ। ਮੈਡੀਕਲ ਲੈ ਕੇ ਆਓ ਕਿ ਤੁਸੀਂ ਪ੍ਰੈਗਨੈਂਟ ਹੋ ਤੇ ਇਸ ਕਰਕੇ ਉਹਨਾਂ ਨੂੰ ਵੈਕਸੀਨ ਨਹੀਂ ਲਾਈ ਗਈ ਤੇ ਜਿਸ ਕਾਰਨ ਇਹ ਗੱਲ ਆ ਜਿਹੜੀ ਬਹੁਤ ਹੀ ਉੱਤੇ ਚੱਲ ਰਹੀ ਆ ਜੀ ਬਹੁਤ ਚਰਚਾ ਦੇ ਵਿੱਚ ਚੱਲ ਰਹੀ ਹੈ ਕਿ ਜਿਹੜਾ ਉਹ ਜੁਰਮਾਨਾ ਵੀ ਕਰ ਸਕਦੇ ਉਸ ਡਾਕਟਰ ਨੂੰ ਤੇ ਇਹਨਾਂ ਗੱਲਾਂ ਬਾਰੇ ਬਹੁਤ ਖਿਆਲ ਰੱਖਣਾ ਚਾਹੀਦਾ ਜੀ ਗੱਲ ਕਰਦੇ ਆ ਜੀ ਇੱਕ ਹੋਰ ਜਿਹੜੀਆਂ ਡੈਲਫਿਨ ਹੁੰਦੀਆਂ ਨੇ ਜਿਨ੍ਹਾਂ ਨੂੰ ਅਸੀਂ ਡੈਲਫਿਨ ਹੀ ਕਹਿੰਦੇ ਆ ਤਕਰੀਬਨ ਦੱਸਿਆ ਜਾ ਰਿਹਾ ਕਿ ਕਾਫੀ ਹਜ਼ਾਰਾਂ ਦੀ ਗਿਣਤੀ ਦੇ ਹਿਸਾਬ ਹਿਸਾਬ ਦਾ ਇਹਨਾਂ ਨੂੰ ਮਾਰ ਦਿੱਤਾ ਗਿਆ ਤੇ ਮਾਰਨ ਦਾ ਕਾਰਨ ਕੀ ਹੈ ਜੀ ਈਜ਼ ਵਾਲੇ ਫਰੋਏ ਆ ਤੇ ਇਸ ਟਾਈਮ ਜਿਹੜੇ ਐਨੀਮਲ ਐਨੀਮਲਿਸਟ ਹੁੰਦੇ ਆ ਜਿਹੜੀ ਜਾਂ ਅੰਬੀਅਨਲਿਸਟੀ ਹੁੰਦੀ ਆ ਅੰਬੀਐਂਟਲਿਸਟੀ ਹੁੰਦੇ ਆ ਇਹ ਸਾਰੇ ਹੀ ਬਹੁਤ ਹੀ ਜ਼ਿਆਦਾ ਗੁੱਸੇ ਨੇ तकरीबन 1500 ਡੈਲਫਿਨਾਂ ਜਿਹੜੀ ਉਹਨੂੰ ਮਾਰ ਦਿੱਤਾ ਗਿਆ ਹੁਣ ਕਰਨਾ ਕੀ ਹੈ ਜੀ ਮਾਰਿਆ ਕਿਉਂ ਕੀ ਹਿਸਾਬਤਾਵਾ ਇਹ ਤਾਂ ਹੁਣ ਇਹ ਬੰਦਿਆਂ ਦੀ ਅਸੀਂ ਕਹਿ ਸਕਦੇ ਇਹਨਾਂ ਨੂੰ ਹੀ ਪਤਾ ਹੋਵੇ ਕਿਉਂ ਮਾਰਿਆ ਕੀ ਇਹਨਾਂ ਦੀ ਸੋਚ ਸੀ ਤੇ ਅਗਲੇ ਅਪਡੇਟ ਵੱਲ ਚੱਲਦੇ ਆਂ ਜੀ ਅਗਲਾ ਅਪਡੇਟ ਆ ਰਿਹਾ ਜੀ ਆਪਣਾ ਸਕੂਲਾਂ ਤੋਂ ਸਕੂਲਾਂ ਦੇ ਵਿੱਚ ਗੱਲਬਾਤ ਚੱਲ ਰਹੀ ਹੈ ਕਿ ਸਲੀਵਾ ਟੈਸਟ ਓਕੇ ਕਰ ਦੇਣਾ ਪਰ ਕਾਫੀ ਜਿਹੜੀਆਂ ਸਕੂਲਾਂ ਦੇ ਬੱਚੇ ਨੇ ਕਾਫੀ ਸਕੂਲਾਂ ਦੀਆਂ ਜਿਹੜੀਆਂ ਕਲਾਸਾਂ ਨੇ ਉਹਨਾਂ ਨੂੰ ਕੁਆਰੰਟਾਈਨ ਕੀਤਾ ਜਾ ਰਿਹਾ ਜੀ ਕੁਆਰੰਟਾਈਨ ਕਰਨ ਦਾ ਕਾਰਨ ਕੀ ਹੈ ਕਿਉਂਕਿ ਗੱਲ ਇਹ ਹੈ ਜੀ ਕਿ ਬੰਦੇ ਕੋ ਪੋਜ਼ਿਟਿਵ ਆ ਜਾਂਦੇ ਨੇ ਜੀ ਹੁਣ ਇਸ ਟਾਈਮ ਵੀ ਇਹਨਾਂ ਦੀ ਗੱਲ ਕਰਦੇ ਆ तकरीबन 400 ਇੱਕ ਹਫਤਾ ਸਕੂਲ ਖੁੱਲ੍ਹੇ ਨੂੰ ਹੋਇਆ ਵੀ ਇਹਨਾਂ ਦੇ ਵਿੱਚ 400 ਕਲਾਸਾਂ ਨੂੰ ਕੁਆਰੰਟਾਈਨ ਵੀ ਕਰ ਦਿੱਤਾ ਗਿਆ ਜੀ ਹੁਣੇ ਜੋ ਵੀਐਨਆ ਇਹ ਤਾਂ ਆਸਟਰੀਆ ਦੇ ਵਿੱਚ ਪੈਂਦਾ ਇਟਲੀ ਦੇ ਨਾਲ ਹੀ ਜਿਹੜਾ ਆਸਟਰੀਆ ਪਰ ਇਹ ਜਿਹੜੀ ਸਿਚੁਏਸ਼ਨ ਹੈ ਸਿਰਫ ਉੱਥੇ ਹੀ ਨਹੀਂ ਇਟਲੀ ਦੇ ਵਿੱਚ ਵੀ ਲਾਗੂ ਹੋ ਸਕਦੀ ਕਿਉਂਕਿ ਕਾਫੀ ਐਕਸਪਰਟ ਕਹਿ ਰਹੇ ਹੈ ਜੀ ਆਪਣਾ ਗ੍ਰੀਨ ਪਾਸਟ ਦੀ ਲੋੜ ਨਹੀਂ ਹੈਗੀ ਆਪਣੇ ਮਾਸਕ ਲਾਉਣ ਦੀ ਲੋੜ ਨਹੀਂ ਹੈਗੀ ਜਿਨ੍ਹਾਂ ਨੇ ਵੈਕਸੀਨ ਲਵਾ ਲਈ ਜੋ ਕਿ ਮੇਰੇ ਸਾਡੇ ਸਹਾਉਨਾ ਤਾਂ ਇਹਨਾਂ ਨੇ ਬਹੁਤ ਗਲਤ ਕਰ ਰਿਹਾ ਅਮਰੀਕਾ ਦੇ ਵਿੱਚ ਕਹਿ ਰਹੇ ਜੀ ਜਿਨ੍ਹਾਂ ਬੱਚਿਆਂ ਦੀ ਉਮਰ 6 ਮਹੀਨੇ ਤੋਂ ਉੱਤੇ ਹਨ ਉਹਨਾਂ ਦੇ ਵੈਕਸੀਨ ਲਾਣੀ ਸ਼ੁਰੂ ਕਰ ਦੇਣੀਆਂ ਨਵੰਬਰ ਤੋਂ ਇਹਨਾਂ ਨੇ ਗੱਲਬਾਤ ਕਰਦੀਆਂ ਅਕਤੂਬਰ ਤੋਂ ਵੀ ਇਹ ਕੰਮ ਸ਼ੁਰੂ ਹੋ ਸਕਦਾ ਹੈ ਪਰ ਮੇਰੇ ਸਾਡਾ ਪਰਸਨਲ ਜੀ ਛੋਟੇ ਬੱਚਿਆਂ ਨੂੰ ਇਸ ਟਾਈਮ ਸ਼ਾਇਦ ਇਹਨਾਂ ਨੂੰ ਰੁਕਣਾ ਚਾਹੀਦਾ ਬਾਕੀ ਸਰਕਾਰ ਆ ਜੀ ਉਹ ਫੈਸਲੇ ਜ਼ਿਆਦਾ ਲੈ ਸਕਦੀ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿ ਸਕਦੇ ਸਰਕਾਰ ਦੇ ਖਿਲਾਫ ਕੋਈ ਵੀ ਬੰਦਾ ਨਹੀਂ ਜਾ ਸਕਦਾ ਇਸ ਕਰਕੇ ਅਸੀਂ ਵੀ ਜਿਹੜਾ ਵੈਕਸੀਨ ਦੇ ਸਮਰਥਨ ਦੇ ਵਿੱਚ ਹੀ ਆ ਜੀ ਗੁਰੂ ਸਹਿਤ ਤੋਂ ਵੱਲ ਚੱਲਦੇ ਆ ਗੁਰੂ ਸਹਿਤ ਤੋਂ ਦੇ ਵਿੱਚ ਇੱਕ ਪੁਲਿਸ ਵਾਲੀ ਆ ਜਿਹਦੇ ਉੱਤੇ ਹੁਣ ਕੇਸ ਚੱਲਣਾ ਸ਼ਾਇਦ ਉਹਨੂੰ ਸਸਪੈਂਡ ਕਰਨਾ ਜਾਂ ਫਿਰ ਉਹਨੂੰ ਜੇਲ੍ਹ ਵੀ ਸ਼ਾਇਦ ਹੋਊਗੀ ਹੁਣ ਗੱਲ ਕੁਛ ਇਦਾਂ ਹੋਈ ਆ ਜੀ ਕਿ ਜਿਹੜੇ ਜਰਮਾਨੇ ਕਰਦੀ ਸੀਗੀ ਜਰਮਾਨਿਆਂ ਦੇ ਪੈਸਿਆਂ ਨੂੰ ਆਪਣੇ ਕੋਲ ਰੱਖਦੀ ਸੀ ਤੇ ਉਹਨਾਂ ਦਾ ਜੂਹਾ ਖੇਲਦੀ ਸੀ ਜੂਹਾ ਖੇਲਦੀ ਸੀ ਬਿਲਕੁਲ ਸਹੀ ਸੁਣਿਆ ਜੀ ਸਰਕਾਰ ਨੂੰ 129000 ਐਰੋ ਉਹਨੇ ਦੇਣਾ 129000 ਦਾ ਚੂਨਾ ਲਾ ਗਈ 2019 ਦੇ ਵਿੱਚ ਇੱਕ ਲੁਟੇਰੀ ਪੁਲਸਨ ਤੇ ਐਸ ਟਾਈਮ ਉਹਦਾ ਨਾਮ ਆ ਜਿਹੜਾ ਗੋਪਤ ਰੱਖਿਆ ਗਿਆ 2017 ਤੋਂ ਲੈ ਕੇ 2019 ਦੇ ਵਿੱਚ 129000 ਦਾ ਜਿਹੜਾ ਚੂਨਾ ਸਰਕਾਰ ਨੂੰ ਲਾਇਆ ਇਹ ਜਿਹੜਾ ਸਰਕਾਰ ਦੇ ਖਾਤੇ 'ਚ ਜਾਣਾ ਚਾਹੀਦਾ ਸੀ ਖਜ਼ਾਨੇ 'ਚ ਜਾਣਾ ਚਾਹੀਦਾ ਇੱਕ ਸਰਕਾਰ ਦੇ ਖਜ਼ਾਨੇ ਨਹੀਂ ਉਹਦੀਆਂ ਜੇਬਾਂ ਦੇ ਵਿੱਚ ਗਿਆ ਤੇ ਦੱਸਿਆ ਜਾ ਰਿਹਾ ਕਿ ਉਹਨੇ 174 ਤੋਂ ਵੱਧ ਉਹਨੇ ਬੰਦਿਆਂ ਨੂੰ ਰੋਕਿਆ ਕਾਫੀ ਜਾਨੀ ਜੁਰਮਾਨੇ ਕੀਤੇ ਪਰ ਜਿਹੜੇ ਇਹ ਜੁਰਮਾਨੇ ਆ ਇਹਨਾਂ ਦੇ ਵਿੱਚ ਥੋੜਾ ਥੋੜਾ ਪੈਸਾ ਇਹ ਰੱਖੀ ਜਾਂਦੀ ਤੇ ਗੱਲ ਤਾਂ ਤਾਂ ਪਤਾ ਲੱਗੀ ਨਾ ਕਿ ਜੁਰਮਾਨੇ ਦੀ ਜਿਹੜੀ ਰਜਿਸਟਰ ਹੁੰਦਾ ਜੁਰਮਾਨੇ ਵਾਲਾ ਉਹ ਪਾਰਚੀਆਂ ਵਧੀ ਜਾਂਦੀ ਅਸੀਂ ਪਰ ਸਰਕਾਰ ਦੇ ਖਜ਼ਾਨੇ 'ਚ ਕੁਝ ਵੀ ਨਹੀਂ ਆ ਰਿਹਾ ਸੀਗਾ ਤੇ ਇਦਾਂ ਦੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਜੀ ਕਿ ਜੁਰਮਾਨੇ ਕਰਨ ਦੇ ਪਿੱਛੇ ਇਹ ਵੀ ਇੱਕ ਇਹ ਵੀ ਇੱਕ ਕਾਰਨ ਹੋ ਸਕਦਾ ਪੁਲਿਸ ਵਾਲੇ ਵੀ ਇਹ ਕੰਮ ਕਰਦੇ ਆ ਅਗਲੇ ਅਪਡੇਟ ਵੱਲ ਚੱਲਦੇ ਆ ਜੋ ਕਿ ਤਰੀਐਸਤੇ ਦੇ 에어ਪੋਰਟ ਤੋਂ ਆਂਦੇ ਆ 에어ਪੋਰਟ ਦੇ ਉੱਤੇ ਜੀ ਇੱਕ ਬੰਦੇ ਨੂੰ ਪੁੱਛਿਆ ਗਿਆ ਜੀ ਇੱਕ ਨਹੀਂ ਦੋ ਬੰਦਿਆਂ ਨੂੰ ਪੁੱਛਿਆ ਗਿਆ ਕਿ ਤੁਹਾਡਾ ਗ੍ਰੀਨ ਪਾਸ ਕਿੱਥੇ ਆ ਆਪਣਾ ਜਹਾਜ਼ ਦੇ ਵਿੱਚ ਚੜ੍ਹਨ ਤੋਂ ਪਹਿਲਾਂ ਹੁਣ ਜਿੱਦਾਂ ਹੀ ਉਹ ਪੁੱਛਦੇ ਤੇਰਾ ਗ੍ਰੀਨ ਪਾਸ ਕਿੱਥੇ ਆ ਜਿਨ੍ਹਾਂ ਨੂੰ ਪੁੱਛਿਆ ਉਹਦੇ ਕੋਲ ਗ੍ਰੀਨ ਪਾਸ ਨਹੀਂ ਸੀਗਾ ਪਰ ਜਿਨੇ ਪੁੱਛਿਆ ਗ੍ਰੀਨ ਪਾਸ ਕਿੱਥੇ ਆ ਉਹਨੂੰ ਫੜ ਕੇ ਢਾ ਕੇ ਉਹਦਾ ਕਟਾਪਾ ਕੀਤਾ ਗਿਆ ਉਹਦਾ ਤੈਂਬੜ ਲਾਇਆ ਗਿਆ ਉਹਦੀ ਤੌਣੀ ਲਾਈ ਗਈ ਉਹਨੂੰ ਚੰਗੀ ਤਰ੍ਹਾਂ ਛਿਲਿਆ ਲੰਡਨ ਨੂੰ ਫਲਾਈਟ ਜਾ ਰਹੀ ਸੀ ਹੁਣ ਜਿਨ੍ਹਾਂ ਨੇ ਉਹਨੂੰ ਕੁੱਟਿਆ ਧੌਣ ਤੋਂ ਫੜ ਕੇ ਥੱਲੇ ਜਾਨੀ ਉਹਨੂੰ ਸੈਟ ਲਿਆ ਤੇ ਹੁਣ ਇਹਨਾਂ ਨੂੰ ਇਹਨਾਂ ਦੇ ਸਿਰ ਪਹਿਲਾਂ ਤਾਂ ਗਾਲਾਂ ਗੋਲਾਂ ਵੀ ਕੱਢੀਆਂ ਇਹਨਾਂ ਦੇ ਸਿਰ ਕੇਸ ਹੋਣਾ ਜੀ ਕੇਸ ਵੀ ਹੁਣ ਚੰਗਾ ਤਕੜਾ ਹੋਣਾ ਉਹੀ ਪੇ ਔਨ ਡਿਊਟੀ ਜਿਹੜਾ ਇੱਕ ਬੰਦਾ ਸੀ ਕਰਮਚਾਰੀ ਨੂੰ ਕੁੱਟਿਆ ਤੇ ਉਹਨੂੰ ਇਰਾਦਾ ਕਤਲ ਦਾ ਵੀ ਉਹਦੇ ਉੱਤੇ ਜਿਹੜਾ ਕੇਸ ਪੈ ਸਕਦਾ ਜੀ ਇਹਨਾਂ ਦਿਨਾਂ ਦੇ ਵਿੱਚ ਬਹੁਤ ਸਾਰੇ ਨਵੇਂ ਬਟੇ ਡਾ ਰਹੇ ਨੇ ਜਿਨ੍ਹਾਂ ਦੇ ਵਿੱਚ ਹਸਪਤਾਲਾਂ ਦੇ ਵਿੱਚ ਕੋਈ ਨਾ ਕੋਈ ਨਵੀਂ ਘਟਨਾ ਵਾਪਰ ਰਹੀ ਆ ਜਿਸ ਤਰ੍ਹਾਂ ਕਿ ਸਾਨੂੰ ਪਤਾ ਕੱਲ ਦੀਆਂ ਖਬਰਾਂ ਦੇ ਵਿੱਚ ਤੁਹਾਨੂੰ ਅਸੀਂ ਸਾਰਿਆਂ ਨੂੰ ਰੂਬਰੂ ਕਰਾਇਆ ਕਿ ਸੱਪ ਵੜ ਗਏ ਸੀ ਇੱਕ ਹਸਪਤਾਲ ਦੇ ਵਿੱਚ ਤੇ ਅੱਜ ਪਲੇਟਾਂ ਦੇ ਵਿੱਚੋਂ ਚੂਹੇ ਨਿਕਲੇ ਆ ਇਹ ਗੱਲ ਆ ਜੀ ਇੱਕ ਹਸਪਤਾਲ ਦੀ ਹਸਪਤਾਲ ਅਮੋਦਨਾ ਦੇ ਵਿੱਚ ਲੋਸਪੇਦਾਲੇ ਪੋਲੀਕਲੀਨਿਕੋ ਦੀ ਮੋਦਨਾ ਇਹਦੇ ਵਿੱਚ ਜਿਹੜਾ ਰਿਪਾਰਟ ਆ ਜਿਹਨੂੰ ਅਸੀਂ ਵਾਰਟ ਕਰਦੇ ਆ ਓਨਕੋਲੋਜੀ ਆ ਓਨਕੋਲੋਜੀ ਕੋ ਜਾ ਕੇ ਦੀ ਓਨਕੋਲੋਜੀ ਕੋ ਦੇਲ ਨੋਜ਼ੋਕੋਮੀਓ ਜਿੱਥੇ ਟਿਊਮਰ ਦੇ ਜਿਹੜੇ ਪੇਸ਼ੈਂਟ ਆ ਉਹਨਾਂ ਨੂੰ ਰੱਖਿਆ ਜਾਂਦਾ तकरीबन ਉਸ ਉਹਨਾਂ ਨੂੰ ਰੱਖਿਆ ਹੁੰਦਾ ਉਸ ਬਾਡ ਦੇ ਵਿੱਚ ਉਸ ਰਿਪਾਰਟੋ ਦੇ ਵਿੱਚ ਜਿਹੜਾ ਉਹਨਾਂ ਨੂੰ ਖਾਣਾ ਜਾ ਰਿਹਾ ਸੀ ਪਲਾਸਟਿਕ ਦੇ ਵਿੱਚ ਇੱਕ ਚੂਹਾ ਲੱਭਿਆ ਚੂਹਾ ਦੱਸਿਆ ਜਾ ਰਿਹਾ ਕਿ ਮਰਿਆ ਸੀ ਤੇ ਇਸ ਗੱਲ ਨੂੰ ਸਿੱਧਾ ਹੀ ਕਨੈਕਟ ਕੀਤਾ ਜਾ ਰਿਹਾ ਜਿਹੜੇ ਨੋ ਵੈਕਸੀਨ ਵਾਲੇ ਆ ਕਿਉਂਕਿ ਹਸਪਤਾਲਾਂ ਦੇ ਵਿੱਚ ਧੱਕੇਸ਼ਾਹੀ ਦੇ ਨਾਲ ਵੜਨ ਦੀ ਕੋਸ਼ਿਸ਼ ਕਰ ਰਹੇ ਸਨ 9 ਤਰੀਕ ਨੂੰ ਉਹਨਾਂ ਨੇ ਕਾਫੀ ਕੋਸ਼ਿਸ਼ਾਂ ਕੀਤੀਆਂ ਇਹ ਵੜਨ ਨੂੰ ਤੇ ਹੋ ਸਕਦਾ ਜੀ ਕਿਸੇ ਨਾ ਕਿਸੇ ਸਾਨ ਸਫਾਈ ਵਾਲੇ ਜਿਹੜੇ ਕਰਮਚਾਰੀ ਉਹਨਾਂ ਦੇ ਟੱਚ ਦੇ ਵਿੱਚ ਆਏ ਹੋਣ ਜਿਸ ਕਰ ਉਹਨਾਂ ਨੇ ਖਾਣੇ ਦੇ ਵਿੱਚ ਚੂਹੇ ਰੱਖਿਆ ਤੇ ਇਹ ਜੇਕਰ ਉਹਨਾਂ ਨੇ ਕੀਤਾ ਤੇ ਬਹੁਤ ਹੀ ਮਾੜੀ ਗੱਲ ਜੇਕਰ ਇਹ ਜਿਹੜਾ ਚੂਹਾ ਖਾਣ ਪੀਣ ਵਾਲਾ ਵੈਸੇ ਉੱਥੇ ਘੁੰਮ ਰਿਹਾ ਸੀ ਫਿਰ ਵੀ ਮਾੜੀ ਗੱਲ ਹੈ ਕਿਉਂਕਿ ਦੋਨੇ ਸਿਚੁਏਸ਼ਨਾਂ ਦੇ ਵਿੱਚ ਇੱਕ ਖਾਣ ਖਾਣ ਪੀਣ ਵਾਲੀ ਚੀਜ਼ ਦੇ ਵਿੱਚ ਇੱਕ ਚੂਹੇ ਦਾ ਹੋਣਾ ਭਾਵੇਂ ਉਹ ਜੀਂਦਾ ਚਾਹੇ ਉਹ ਮਰਿਆ ਬਹੁਤ ਹੀ ਗਲਤ ਹੈ ਉਹ ਵੀ ਸਪੈਸ਼ਲੀ ਜੇਕਰ ਹਸਪੀਟਲ ਦਾ ਹਸਪੀਟਲ ਦਾ ਜੇਕਰ ਖਾਣਾ ਹੋਵੇ ਤੇ ਗਲਤ ਗੱਲ ਹੈ ਜੀ ਗੱਲ ਕਰਦੇ ਆਂ ਜੀ ਅਗਲੇ ਅਪਡੇਟ ਵਾਲਾ ਅਗਲਾ ਬਡੇਰਾ ਰਹੇ ਟਲੀਦੀਆਂ ਜੇਲਾਂ ਦੇ ਵਿੱਚੋਂ ਜੇਲਾਂ ਦੇ ਵਿੱਚ ਜੀ ਕਾਫੀ ਕ੍ਰਾਈਮਨਲ ਨੇ ਸਾਨੂੰ ਪਤਾ ਕਿ ਸਾਰੇ ਬੰਦੇ ਗੈਂਗਾਂ ਜਿਹੜੀਆਂ ਇਕੱਠੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਜੇਲਾਂ ਦੇ ਵਿੱਚ 11 ਬੰਦਿਆਂ ਨੂੰ ਅਰੈਸਟ ਕੀਤਾ ਗਿਆ ਕਿਉਂਕਿ ਉਹ ਜਿਹੜਾ ਕੋਵਿਡ ਦਾ ਸੋਸ਼ਲ ਡਿਸਟੈਂਸ ਆ ਉਹਨਾਂ ਨੂੰ ਜੇਲ੍ਹ ਦੇ ਵਿੱਚ ਅਰੈਸਟ ਕੀਤਾ ਗਿਆ ਸੋਸ਼ਲ ਡਿਸਟੈਂਸ ਨੂੰ ਫੋਲੋ ਨਹੀਂ ਕਰ ਰਹੇ ਸੀ ਕਿ ਸਰਕਾਰ ਵੱਲੋਂ ਲਾਈਆਂ ਗਈਆਂ پابੰਦੀਆਂ ਦਾ ਉਲੰਘਣ ਆ ਜਿਹੜਾ ਕੀਤਾ ਕੀਤੀਆਂ ਜਾ ਰਹੀਆਂ ਸੀ ਇਟਲੀ ਦੇ ਜੇਲ੍ਹਾਂ ਦੇ ਵਿੱਚ ਕਾਫੀ ਵਕਾਇਤੀਆਂ ਦੇ ਨਾਲ ਦੁਰਵਿਵਹਾਰ ਵੀ ਕੀਤਾ ਜਾਂਦਾ ਜੀ ਉਹਨਾਂ ਨੂੰ ਕੁੱਟਿਆ ਜਾਂਦਾ ਖਟਾਪਾ ਕੀਤਾ ਜਾਂਦਾ ਬਹੁਤ ਗਲਤ ਕੰਮ ਉਹਨਾਂ ਦੇ ਨਾਲ ਕੀਤੇ ਜਾਂਦੇ ਇਹ ਤਾਂ ਜਦੋਂ ਕੋਈ ਵੀਡੀਓ ਵੀਡੀਓ ਲੀਕ ਹੁੰਦੀ ਹੈ ਜਾਂ ਫਿਰ ਕੋਈ ਰਿਸ਼ਤੇਦਾਰ ਆਂਦਾ ਤੇ ਉਹਨਾਂ ਨੂੰ ਦੱਸ ਦਿਆ ਤਾਂ ਫਿਰ ਇਹੀ ਗੱਲਾਂ ਬਾਹਰ ਨਿਕਲਦੀਆਂ ਨੇ ਕਿਉਂਕਿ ਕਿਉਂਕਿ ਚਾਰ ਦਿਵਾਰੀ ਦੇ ਅੰਦਰ ਜੋ ਹੋ ਰਿਹਾ ਇਹ ਤਾਂ ਜਾਂ ਫਿਰ ਜਿੰਨਾ ਬਾਪਰ ਦਾ ਉਹ ਜਾਣਦਾ ਜਾਂ ਫਿਰ ਉਹ ਚਾਰ ਦਿਵਾਰੀਆਂ ਜਾਣਦੀਆਂ ਨੇ ਦੇ ਇਹਦੇ ਨਾਲ ਸਾਡੀਆਂ ਜਿਹੜੀਆਂ ਅੱਜ ਦੀਆਂ ਖਬਰਾਂ ਇੱਥੇ ਮੁੱਕਦੀਆਂ ਨੇ ਜੀ ਮਿਲਾਂਗੇ ਆਪਣੇ ਅਗਲੇ ਅਪਡੇਟ ਦੇ ਵਿੱਚ ਉਹਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੁਣ ਲਈ ਹੀ ਟਾਲੀਨ ਖਬਰਾਂ ਤੁਸੀਂ ਕਲੂਜ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ